ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੋਂ ਈਡੀ ਪੁਸ਼ਕਸ਼ ਕਰ ਰਹੀ ਹੈ। ਉਨ੍ਹਾਂ ਤੋਂ ਇਹ ਪੁਸ਼ਕਸ਼ ਚੰਡੀਗੜ੍ਹ ਵਿੱਚ ਕੀਤੀ ਗਈ ਹੈ। ਫਾਰੂਕ ਅਬਦੁੱਲਾ ਤੇ ਇਲਜ਼ਾਮ ਹੈ ਕਿ BCCI ਨੇ 2002 ਤੋਂ 2011 ਤੱਕ ਸੂਬੇ ਨੂੰ ਕ੍ਰਿਕਟ ਸਹੂਲਤਾਂ ਦਾ ਵਿਕਾਸ ਲਈ 112 ਕਰੋੜ ਰੁਪਏ ਦਿੱਤੇ ਸੀ। ਪਰ ਇਹਨਾਂ ਵਿੱਚੋਂ 43.69 ਕਰੋੜ ਰੁਪਏ ਦਾ ਗਵਨ ਕਰਨ ਦਾ ਇਲਜ਼ਾਮ ਲਾਇਆ ਹੈ। CVI ਨੇ ਫਾਰੂਕ ਖਿਲਾਫ ਸ਼ਿਕਾਇਤ ਕੋਰਟ ਵਿੱਚ ਦਾਖਲ ਕੀਤੀ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫਾਰੂਕ ਅਬਦੁੱਲਾ ਖੁਦ ਇਸ ਮਾਮਲੇ ਵਿੱਚ ਬੇਕਸੂਰ ਦੱਸ ਰਹੇ ਹਨ ਇਲਾਕੇ ਵਿੱਚ ਸਿਆਸੀ ਮੈਨੇ ਵੀ ਕੱਢੇ ਜਾ ਰਹੇ ਹਨ ਲੇਕਿਨ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਫਾਰੂਕ ਅਬਦੁੱਲਾ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਵਿੱਚ ਵੱਧ ਸਕਦੀਆਂ ਹਨ 6 ਘੰਟੇ ਦੀ ਪੁਸ਼ਕਸ਼ ਦੇ ਬਾਅਦ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਚੰਡੀਗੜ੍ਹ ਈਡੀ ਦਫ਼ਤਰ ਤੋਂ ਬਾਹਰ ਨਿਕਲੇ ਸਖਤ ਸੁਰੱਖਿਆ ਵਿਚਕਾਰ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਉਹ ਨਿਕਲ ਗਏ